ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਮੌਸਮ ਦੀ ਗੱਲ ਕਰ ਲਈਏ ਕਿ ਅਗਲੇ ਦਿਨ ਚ ਮੌਸਮ ਕਿਵੇਂ ਰਹੇਗਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ Instagram ਪੇਜ ਜਿਹੜਾ ਹੈਗਾ ਫੋਲੋ ਕਰ ਸਕਦੇ ਹੋ ਆਪਾਂ ਮੋਟਾ-ਮੋਟਾ ਦੇਖਾਂਗੇ ਕਿ 27 ਨਵੰਬਰ 2024 ਤੱਕ ਦਾ ਮੌਸਮ ਕਿਵੇਂ ਰਹਿ ਸਕਦਾ ਹੈ ਭਾਰਤੀ ਮੌਸਮੀ ਭਾਗ ਦਿੱਲੀ ਵਾਲਿਆਂ ਦਾ ਕਹਿਣਾ ਹੈ ਕਿ ਭਾਈ ਜਿਹੜਾ ਮੌਸਮ ਹੈ ਇਹ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਖੁਸ਼ਕ ਬਣਿਆ ਰਹੇਗਾ ਪਰੰਤੂ ਇੱਕ ਪੱਛਮੀ ਡਿਸਟਰਬੈਂਸ ਆ ਰਿਹਾ ਹੈ ਜਿਹੜਾ ਕਿ ਕਮਜ਼ੋਰ ਹੈ ਇੰਨਾ ਜ਼ਿਆਦਾ ਤਾਕਤਵਰ ਪੱਛਮੀ ਡਿਸਟਰਬੈਂਸ ਨਹੀਂ ਹੈਗਾ ਇੱਕ ਕਮਜ਼ੋਰ ਪੱਛਮੀ ਡਿਸਟਰਬੈਂਸ ਆ ਜਿਹੜਾ ਕਿ ਉੱਪਰਲੇ ਪਾਸੇ ਦੀ ਲੰਗੇਗਾ ਪਰੰਤੂ ਉਹਦੇ ਕਰਕੇ ਜਿਹੜੀਆਂ ਹਵਾਵਾਂ ਦਾ ਰੁੱਖ ਹੈ ਉਹ ਥੋੜਾ ਜਿਹਾ ਬਦਲ ਜਾਊਗਾ ਜਦੋਂ ਹਵਾ ਦਾ ਰੁੱਖ ਬਦਲੇਗਾ ਤਾਂ ਹਵਾ ਦੇ ਵਿੱਚ ਥੋੜੀ ਜਿਹੀ ਨਮੀ ਵੀ ਆਏਗੀ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇਹ ਥੋੜਾ ਜਿਹਾ ਧੂਆਂ ਤੇ ਪ੍ਰਦੂਸ਼ਣ ਵੀ ਵਧੇਗਾ ਪਰantu ਇਹ ਸਥਿਤੀ ਜ਼ਿਆਦਾ ਦਿਨ ਨਹੀਂ ਬਣੀ ਰਹੇਗੀ 2 ਦਿਨ ਜਿਹੜੇ ਹੈਗੇ ਐ ਇਸ ਤਰ੍ਹਾਂ ਦੇ ਹਾਲਾਤ ਹੋਣਗੇ ਉਸ ਤੋਂ ਬਾਅਦ ਦੇਵੇ ਤਾਪਮਨ ਫਿਰ ਮਕੇ ਹਵਾ ਦਾ ਰੁਖ ਫਿਰ ਬਦਲ ਜਾਏਗਾ ਤੇ ਫਿਰ ਫਿਰ ਜਿਹੜਾ ਹੈਗਾ ਚੀਜ਼ਾਂ ਨਾਰਮਲ ਵਾਲੇ ਪਾਸੇ ਨੂੰ ਹੋਣੀਆਂ ਠੀਕ ਹੈ ਤਾਂ ਮੋਟਾ-ਮੋਟੀ ਜੇ ਆਪਾਂ ਗੱਲ ਕਰਦੇ ਹਾਂ ਤਾਂ 22 ਅਤੇ 23 ਨੂੰ ਕੋਈ ਥਾਵਾਂ ਤੇ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਭਾਰਤੀ ਮੌਸਮੀ ਭਾਗ ਦੇ ਵਕ ਵਕ ਮਾਡਲ ਦੱਸਦੇ ਆ ਕਿ ਅਗਲੇ ਜਿਹੜੇ 5-6 ਦਿਨ ਕਿਤੇ ਵੀ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈਗੀ ਹੈ ਆਮ ਤੌਰ ਤੇ ਮੌਸਮ ਖੁਸ਼ਕ ਬਣਿਆ ਰਹੇਗਾ ਜੇਕਰ ਅਸੀਂ ਪਿਛਲੇ 24 ਘੰਟੇ ਦੇ ਵਿੱਚ ਤਾਪਮਾਨ ਦੇਖਦੇ ਹਾਂ ਤਾਂ ਪਿਛਲੇ 24 ਘੰਟੇ ਦੇ ਵਿੱਚ ਤਾਪਮਾਨ ਜਿਹੜਾ ਸੀਗਾ ਉਹ ਥੋੜਾ ਜਿਹਾ ਵਧਿਆ ਹੈ ਅਗਲੇ 24 ਘੰਟੇ ਤਾਪਮਾਨ ਹੋਰ ਵਧੇਗਾ ਤਾਪਮਾਨ ਨਾਰਮਲ ਦੇ ਬਰਾਬਰ ਚੱਲਦੇ ਪਏ ਹੈ ਰਾਤ ਦਾ ਤਾਪਮਾਨ ਕੱਲ 7.5 ਡਿਗਰੀ نوٹ ਕੀਤਾ ਗਿਆ ਸੀ ਅੱਜ 7.6 ਡਿਗਰੀ ਫਰਾਨਕੋਟ نوٹ ਕੀਤਾ ਗਿਆ ਜੇ ਤੁਸੀਂ ਰਾਤ ਦੇ ਤਾਪਮਾਨ ਪੰਜਾਬ ਦੇ ਦੇਖਦੇ ਹੋ ਦੇਖੋ ਸੰਗਰੂਰ 9.4 ਨਾਨਨਪੁਰ ਸਾਹਿਬ 10.1 ਪਾਖੜਾ ਟਾਈਮ 10.8 ਪਠਾਨਕੋਟ 8. ਰੋਪੜ 8.2 ਪਠਾਨਕੋਟ 10.5 ਪਠਾਨਕੋਟ ਕੇਵੀਕੇ 7.5 ਮੋਹਾਲੀ 13.1 ਮਤਲਬ ਕਿ ਸਾਰਾ ਪੰਜਾਬ 10 ਡਿਗਰੀ ਦੇ ਬਰਾਬਰ ਬਰਾਬਰ ਘੁੰਦਾ ਹੈ 8.8 ਡਿਗਰੀ ਤੇ ਜਿਹੜਾ ਹੈਗਾ ਹਬੌਰ ਦਾ 8.8 ਡਿਗਰੀ ਤੇ ਵੀ ਤਾਪਨ ਗਿਆ ਹੈਗਾ ਕੁੱਲ ਮਿਲਾ ਕੇ ਤਾਪਨ ਜਿਹੜਾ ਹੈਗਾ ਪੰਜਾਬ ਦਾ 10 ਡਿਗਰੀ ਤੋਂ ਰਾਤ ਦਾ ਥੱਲੇ ਬਣਿਆ ਹੋਇਆ ਹੈ ਦਿਨ ਦਾ ਤਾਪਨ ਜਿਹੜਾ ਹੈਗਾ ਉਹ ਵੀ ਲਗਭਗ ਨਾਰਮਲ ਬਣਿਆ ਹੋਇਆ ਵੱਧ ਤੋਂ ਵੱਧ 28.6 ਡਿਗਰੀ ਤੇ ਗਿਆ ਹੈ ਇਸੇ ਤਰੀਕੇ ਦੇ ਨਾਲ ਆਪਣਾ ਹਰਿਆਣਾ ਹਰਿਆਣੇ ਦੇ ਵਿੱਚ ਵੱਧ ਤੋਂ ਵੱਧ 28 ਡਿਗਰੀ ਤੇ ਘੱਟੋ ਘੱਟ 7.4 ਡਿਗਰੀ ਤਾਪਮ ਨੋਟ ਕੀਤਾ ਗਿਆ ਹਰਿਆਣਾ ਦੇ ਰਾਤ ਦੇ ਤਾਪਮ ਨੇ ਉਹ 10 ਤੋਂ 12 ਡਿਗਰੀ ਦੇ ਵਿਚਾਲੇ ਬਣੇ ਹੋਏ ਹੈ ਕੋਈ ਜਗ੍ਹਾ ਤੇ 10 ਤੋਂ ਘੱਟ ਵੀ ਜਿਹੜੇ ਹੈਗੇ ਜਿਵੇਂ 8.3 ਆਫਲੈਨ 7 9.5 7.4 ਵੀ ਨੋਟ ਕੀਤਾ ਗਿਆ ਦਿਨ ਦਾ ਤਾਪਮ ਜਿਹੜਾ ਹੈਗਾ ਉਹ 25 ਤੋਂ ਲੈ ਕੇ 28 ਡਿਗਰੀ ਦੇ ਦਰਮਿਆਨ ਵੱਖ-ਵੱਖ ਥਾਵਾਂ ਉੱਪਰ ਨੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਦੇ ਬਰਾਬਰ ਤਾਪਮ ਚੱਲ ਰਿਹਾ ਹੈ ਤਾਂ ਤੁਸੀਂ ਇਸ ਸਮੇਂ ਕਣਕ ਦੀਆਂ ਲਗਭਗ ਸਾਰੀਆਂ ਹੀ ਕਿਸਮਾਂ ਦੀ ਬਿਜਾਈ ਕਰ ਸਕਦੇ ਹਾਂ ਤਾਂ ਆਪਣ ਬਹੁਤ ਵਧੀਆ ਚੱਲ ਰਿਹਾ ਹੈ ਮੌਸਮ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ 27 ਤਰੀਕ ਤੱਕ ਪਰੰਤੂ 22 ਅਤੇ 23 ਨੂੰ ਸਵੇਰ ਦੇ ਟਾਈਮ ਕੋਈ ਥਾਵਾਂ ਤੇ ਸੰਘਣੀ ਧੁੰਦ ਆ ਸਕਦੀ ਹੈ ਰਾਤ ਨੂੰ ਤੇ ਸਵੇਰ ਦੇ ਟਾਈਮ ਦੀ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਹਵਾ ਦੀ ਸਪੀਡ ਜਿਹੜੀ ਹੈਗੀ ਹੈ ਸੌਰੀ ਹਵਾ ਦਾ ਰੁਖੇੜਾ ਬਦਲੇਗਾ ਜਿਹਦੇ ਕਰਕੇ ਮੌਸਮ ਥੋੜਾ ਤਵੰਖਾ ਹੋ ਸਕਦਾ ਹੈ ਚੰਡੀਗੜ੍ਹ ਵਾਲਿਆਂ ਦਾ ਕਹਿਣਾ ਹੈ ਕਿ 22 23 24 25 26 27 ਦੇ ਦਰਮਿਆਨ ਸਾਰਾ ਹੀ ਪੰਜਾਬ ਚੰਡੀਗੜ੍ਹ ਇਹ ਸਾਰਾ ਏਰੀਆ ਖੁਸ਼ਕ ਬਣਿਆ ਰਹੇਗਾ ਪਰੰਤੂ ਕੁਝ ਪਾਕਟਸ ਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਸ ਦੇ ਨਾਲ ਨਾਲ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਕੋਈ ਥਾਵਾਂ ਤੇ ਸੰਗਣੀ ਧੁੰਦ ਆ ਸਕਦੀ ਹੈ ਕਿਉਂਕਿ ਹਵਾ ਦਾ ਰੁਖ ਬਦਲ ਰਿਹਾ ਹੈ ਹਰਿਆਣਾ ਦੀ ਗੱਲ ਕਰਾਂਗੇ ਹਰਿਆਣਾ ਸਾਰਾ ਖੁਸ਼ਕ ਬਣਿਆ ਰਹੇਗਾ ਤੇ ਇਸ ਦੇ ਨਾਲ ਨਾਲ ਹਰਿਆਣਾ ਦੇ ਵਿੱਚ ਵੀ ਕੋਈ ਥਾਵਾਂ ਤੇ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਕਿੱਥੇ ਕਿੱਥੇ ਕੁਰੂਕਸ਼ੇਤਰ ਕੈਥਲ ਕਰਨਾਲ ਇਹਦੇ ਨਾਲ ਨਾਲ ਸੋਨੀਪੱਤ ਪਾਣੀਪੱਤ ਇਹਨਾਂ ਜ਼ਿਲ੍ਹਿਆਂ ਵਿੱਚ ਕਿੱਥੇ ਕਿੱਥੇ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਅਸੀਂ ਰਾਜਸਥਾਨ ਜਾਂਦੇ ਹਾਂ ਰਾਜਸਥਾਨ ਦਾ ਵੱਧ ਤੋਂ ਵੱਧ ਤਾਪਮਨ 33 ਡਿਗਰੀ ਦੇ ਨੇੜੇ ਨੋਟ ਕੀਤਾ ਗਿਆ ਪਰantu ਜੋ ਗੰਗਾ ਨਗਰ ਹਰਮਾਨਗੜ ਦਾ ਏਰੀਆ ਹੈਗਾ ਇਹ ਜਿਹੜਾ ਹੈਗਾ ਠੰਡਾ ਬਣਿਆ ਹੋਇਆ ਹੈ ਤੇ ਅਗਲੇ ਦਿਨਾਂ ਦੇ ਵਿੱਚ ਇੱਥੇ ਮੌਸਮ ਜਿਹੜਾ ਹੈਗਾ ਆਮ ਤੌਰ ਤੇ ਖੁਸ਼ਕ ਬਣਿਆ ਰਹੇਗਾ ਗੰਗਾ ਨਗਰ ਦਾ ਰਾਤ ਦਾ ਤਾਪਮਨ 12 ਡਿਗਰੀ ਦਿਨ ਦਾ ਤਾਪਮਨ 30 ਡਿਗਰੀ ਲਗਭਗ ਨੋਟ ਕੀਤਾ ਗਿਆ ਤੇ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ ਕਿਸੇ ਕਿਸਮ ਦੀ ਵਰਖਾ ਦੀ ਸੰਭਾਵਨਾ ਅਗਲੇ 4-5 ਦਿਨਾਂ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਭਾਰਤੀ ਮੌਸਮੀ ਭਾਗ ਜੈਪੁਰ ਦੇ ਅਨੁਸਾਰ ਨਹੀਂ ਹੈ ਜੰਮੂ ਦੇ ਵਿੱਚ ਕਿਤੇ 23 ਤਰੀਕ ਨੂੰ ਹਲਕੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਪਛਮੀ ਤਰੰਤਸਰਬ ਅਨੁਸਾਰ ਹੈ ਯੂਪੀ ਦੇ ਵਿੱਚ ਕੱਲ ਨੂੰ ਕੁਝ ਜਗ੍ਹਾ 'ਤੇ ਸੰਘਣੀ ਧੁੰਦ ਖਾਈ ਦੇ ਸਕਦੀ ਹੈ ਉਸ ਤੋਂ ਬਾਅਦ ਆਮ ਤੌਰ 'ਤੇ ਮੌਸਮ ਖੁਸ਼ਕ ਬਣਿਆ ਰਹਿਣ ਦਾ ਸੰਭਾਵਨਾ ਹੈ ਸਵੇਰ ਦੇ ਟਾਈਮ 'ਤੇ ਕਿਤੇ ਕਿਤੇ ਸੰਘਣੀ ਧੁੰਦ ਆ ਸਕਦੀ ਹੈ ਸਵੇਰ ਦੇ ਟਾਈਮ ਦਿਨ ਦੇ ਸਮੇਂ ਤੋਂ ਆਪਣਿਕਲ ਦੀ ਸੰਭਾਵਨਾ ਹੈ ਪੰਜਾਬ ਹਰਿਆਣਾ ਰਾਜਸਥਾਨ ਇਸ ਤਰੀਕੇ ਨਾਲ ਅੱਜ ਤਿੱਖੀ ਧੁੱਪ ਸੀਗੀ ਅਗਲੇ 2 ਦਿਨ ਇਸ ਤਰੀਕੇ ਦੀ ਤਿੱਖੀ ਧੁੱਪ ਨਹੀਂ ਹੋਵੇਗੀ ਕਿਉਂਕਿ ਹਵਾ ਦਾ ਰੁਖ ਬਦਲਿਆ ਹੋਏਗਾ ਹਵਾ ਦਾ ਰੁਖ ਬਦਲਣ ਦੇ ਕਰਕੇ ਇੱਥੇ ਜਿਹੜਾ ਹੈਗਾ ਧੁੰਾਂਖਲਾ ਮੌਸਮ ਹੋ ਜਾਏਗਾ ਥੋੜਾ ਪ੍ਰਦੂਸ਼ਣ ਵਾਲਾ ਮੌਸਮ ਹੋ ਜਾਏਗਾ ਤਾਂ ਕੁੱਲ ਮਿਲਾ ਕੇ ਕਣਕ ਦੀ ਬਿਜਾਈ ਦੇ ਆਸਤੇ ਜਿਹੜਾ ਹੈਗਾ ਉਪਯੁਕਤ ਮੌਸਮ ਹੈ ਬਿਲਕੁਲ ਸਹੀ ਮੌਸਮ ਹੈਗਾ ਆਪਾਂ ਕਣਕ ਦਾ ਕੰਮ ਤੇਜ਼ੀ ਨਾਲ ਕਰੀਏ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਕਿ ਕੁਝ ਜਗ੍ਹਾ ਤੇ ਬੱਦਲਬਾਈ ਆ ਰਹੀ ਆ ਤਾਂ ਇਹ ਬੱਦਲਬਾਈ ਕੁਝ ਜਗ੍ਹਾ ਤੇ ਆਵੇਗੀ ਲੇਕਿਨ ਵਰਖਾ ਨਹੀਂ ਕਰੇਗੀ ਜਾ ਥੋੜਾ ਪਟਿਆਲਾ ਹੈ ਪਾਣੀਪਤ ਹੈ ਬਠਿੰਡਾ ਹੈ ਮਾਲਵੇ ਦਾ ਏਰੀਆ ਜੇ ਉੱਪਰ ਦੇ ਪਾਸੇ ਮਾਝੇ ਦਾ ਏਰੀਆ ਦੇ ਕੋਲ ਬੱਦਲ ਆ ਰਹੇ ਨਹੀਂ ਤੇ ਤੇਈ ਨੂੰ ਬੱਦਲ ਆ ਰਹੇ 24 ਨੂੰ ਆ ਰਹੇ ਲੇਕਿਨ ਵਰਖਾ ਦੀ ਸੰਭਾਵਨਾ ਜਿਹੜੀ ਹੈ ਉਹ ਨਾ ਮਾਤਰ ਹੈ ਕਿਤੇ ਵੀ ਸੰਭਾਵਨਾ ਵਰਖਾ ਦੀ ਨਹੀਂ ਹੈਗੀ ਬੱਦਲ ਜ਼ਰੂਰ ਆਉਣਗੇ ਬੱਦਲ ਆਉਣ ਕਰਕੇ ਇਹ ਰਹੇਗਾ ਦਿਨ ਵੇਲੇ ਕੋਈ ਜਗ੍ਹਾ ਤੇ ਛਾਂਤੀ ਤਰ੍ਹਾਂ ਰਹਿ ਸਕਦਾ ਹੈਗਾ ਪਰੰਤੂ 25 26 27 ਤੱਕ ਕਿਸੇ ਵੀ ਕਿਸਮ ਦੀ ਵਰਖਾ ਦੀ ਕੋਈ ਵੀ ਸੰਭਾਵਨਾ ਭਾਰਤੀ ਮੌਸਮੀ ਭਾਗ ਅਨੁਸਾਰ ਨਹੀਂ ਹੈ ਫਿਰ ਖੁੱਲ ਕੇ ਆਪਣੀ ਕੰਨਕ ਵਿੱਚੋਂ ਤੇ ਕਣਕ ਦਾ ਕੰਮ ਪੈਲ ਦੇ ਆਧਾਰ ਤੇ ਖਤਮ ਕਰੋ ਜਿਵੇਂ ਜਿਵੇਂ ਤਾਪਮਨ ਅਗਲੇ 2 ਦਿਨ ਚ ਰਾਤ ਦਾ ਤਾਪਮਨ ਥੋੜਾ ਜਿਹਾ ਸੁਧਾਰ ਹੋਏਗਾ ਜਿਹੜਾ ਕਿ ਤੁਹਾਡੀ ਕਣਕ ਦੇ ਉੱਗਣ ਦੇ ਲਈ ਲਾਭਦਾਇਕ ਹੀ ਹੋਵੇਗਾ ਧੰਨਵਾਦ ਦੋਸਤੋ ਮੇਹਰ ਬਣੀ ਦੋਸਤੋ